ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇੱਕ ਵਾਰ ਇੱਕ ਸੰਤ ਜੀ ਕਿਸੇ ਰਾਜੇ ਦੇ ਘਰੋਂ ਦੇ ਰਾਜਾ ਉਹਨਾਂ ਦਾ ਬੜਾ ਇੱਜ਼ਤ ਮਾਨ ਕਰਦਾ ਬੜਾ ਸਨਮਾਨ ਕਰਦਾ ਉਹਨਾਂ ਨੂੰ ਸੋਨਾ ਪ੍ਰਸ਼ਾਦਾ ਪਾਣੀ ਖਵਾਉਂਦਾ ਵਧੀਆ ਆਉਪਗਤ ਕਰਦਾ ਜਦੋਂ ਸੰਤ ਜੀ ਸ਼ਾਮ ਹੁੰਦੀ ਹੈ ਤੇ ਉੱਥੋਂ ਜਾਣ ਲੱਗਦੇ ਨੇ ਸੰਤ ਜੀ ਸੋਚਦੇ ਨੇ ਬਈ ਇੰਨਾ ਇੱਜ਼ਤ ਮਾਨ ਦਿੱਤਾ ਇੰਨਾ ਸੋਹਣਾ ਬਿਠਾ ਕੇ ਪ੍ਰਸ਼ਾਦਾ ਪਾਣੀ ਖਵਾਇਆ ਤੇ ਮੈਨੂੰ ਵੀ ਕੁਝ ਇਸ ਨੂੰ ਦੇਣਾ ਚਾਹੀਦਾ ਹੈ ਉਹ ਆਪਣੇ ਮਨ 'ਚ ਵਿਚਾਰ ਕਰਦੇ ਨੇ ਪਹਿਲਾਂ ਸੋਚਦੇ ਨੇ ਚਲੋ ਐਵੇਂ ਕਰਦੇ ਆ ਬੀਨ ਨੂੰ ਇਹ ਆਸ਼ੀਰਵਾਦ ਦੇ ਦਿੰਨੇ ਆ ਕਿ ਤੇਰੀ ਧਨ ਸੰਪਦਾ ਤੇਰੇ ਕੋਲ ਬਹੁਤ ਹੋਵੇ ਦੂਜੀ ਪਲ ਮਨ 'ਚ ਖਿਆਲ ਆਉਂਦਾ ਹੈ ਵੀ ਇਹਦੇ ਕੋਲ ਤਾਂ ਧਨ ਸੰਪਦਾ ਉਂਝ ਵੀ ਬਹੁਤ ਹੈ ਇਹਨੇ ਧਨ ਸੰਪਦਾ ਦਾ ਕੀ ਕਰਨਾ ਫਿਰ ਸੋਚਦੇ ਆ ਚਲੋ ਇਹਨੂੰ ਇਹ ਵਰਦਾਨ ਦੇ ਦਿੰਨੇ ਆ ਇਹਨੂੰ ਇਹ ਆਸ਼ੀਰਵਾਦ ਦੇ ਦਿੰਨੇ ਆ ਕਿ ਹਰ ਥਾਂ ਤੇਰਾ ਇੱਜ਼ਤ ਤੇ ਮਾਨ ਸਨ ਵਧੇ ਫਿਰ ਦੂਜੀ ਪਲ ਮਨ 'ਚ ਖਿਆਲ ਆ ਜਾਂਦਾ ਹੈ ਵੀ ਤੇ ਰਾਜਾ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹਦਾ ਆਦਰ ਸਨਮਾਨ ਕਰਦਾ ਇਹਨੂੰ ਇੱਜ਼ਤ ਦਿੰਦਾ ਜਿੱਥੇ ਖੜਾ ਹੋਵੇ ਝੁੱਕ ਕੇ ਸਲਾਮ ਕਰਦਾ ਇਹਨੂੰ ਮਾਨ ਸਨਮਾਨ ਦਾ ਇਹਨੇ ਕੀ ਕਰਨਾ ਇਹ ਦੇਖ ਕੋਲ ਪਹਿਲਾਂ ਹੀ ਬੋਲ ਤੇ ਫਿਰ ਬੜਾ ਸੋਚ ਵਿਚਾਰ ਕਰਦੀ ਆ ਵੀ ਇਸਨੂੰ ਕੀ ਚੀਜ਼ ਦਿੱਤੀ ਜਾਵੇ ਉਹਨੇ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਕੁਝ ਦੇਖਿਆ ਸੀ ਉਹ ਕਹਿੰਦੇ ਲੱਗਦਾ ਹੈ ਰਾਜਾ ਜਿਹੜਾ ਇਹਨਾ ਇਹ ਨਾਮ ਨਹੀਂ ਜਪਦਾ ਇਹ ਸੰਗਤ ਨਹੀਂ ਕਰਦਾ ਇਹਨੂੰ ਇਹ ਕਹਿੰਨੇ ਆ ਸਵੇਰੇ ਨਾ ਤੁਹਾਡੇ ਨਗਰ ਦੇ ਬਾਹਰ ਹੀ ਅਸੀਂ ਉਥੇ ਕਥਾ ਕੀਰਤਨ ਕਰਨਾ ਹੈ ਤੇ ਤੁਸੀਂ ਆਪਣੇ ਪਰਿਵਾਰ ਸਮੇਤ ਉਥੇ ਜ਼ਰੂਰ ਆਇਓ ਹੁਣ ਹੋਇਆ ਕਿ ਕੇਂਦਰਾਜੀ ਨੂੰ ਆਖਿਆ ਰਾਜਾ ਸਵੇਰੇ ਨਾ ਅਸੀਂ ਕਥਾ ਕੀਰਤਨ ਕਰਨਾ ਹੈ ਤੇ ਪਰਿਵਾਰ ਸਮੇਤ ਤੁਸੀਂ ਉਸ ਕਥਾ ਕੀਰਤਨ 'ਚ ਜ਼ਰੂਰ ਆਇਓ ਹੁਣ ਰਾਜੇ ਨੂੰ ਜਦੋਂ ਸੰਤਾ ਨੇ ਗੱਲ ਕਹੀ ਤਾਂ ਕੇਂਦਾਜੀ ਤੁਸੀਂ ਕਿਹਾ ਤੇ ਅਸੀਂ ਜ਼ਰੂਰ ਆਵਾਂਗੇ ਸਵੇਰ ਹੋਈ ਰਾਜਾ ਆਪਣਾ ਸਾਰਾ ਪਰਿਵਾਰ ਲੈ ਕੇ ਤੇ ਉਸ ਥਾਂ ਤੇ ਪਹੁੰਚ ਜਾਂਦਾ ਹੁਣ ਜਦੋਂ ਉਥੇ ਜਾਂਦੇ ਨੇ ਤਾਂ ਸੰਤ ਜੀ ਸੋਚਦੇ ਵੀ ਰਾਜੇ ਆਪੇ ਕਹਿ ਬਿਓ ਕਦੀ ਸੰਗਤ ਵਿੱਚ ਨਹੀਂ ਗਏ ਕਦੀ ਕਥਾ ਕੀਰਤਨ ਵਿੱਚ ਨਹੀਂ ਗਏ ਜੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਤੇ ਇਹਦੇ ਸਿਰ ਤੋਂ ਲੰਘ ਜਾਣੀਆਂ ਨੇ ਛੋਟੇ ਤੋਂ ਸ਼ੁਰੂਆਤ ਕਰਦੇ ਕਿੰਦੇ ਰਾਜਨ ਜੋ ਮੈਂ ਪੁੱਛਾਂਗਾ ਸੱਚ ਦੱਸਿਓ ਝੂਠ ਨਾ ਬੋਲਿਓ ਕਿਉਂਕਿ ਮੈਂ ਸੱਚ ਜਾਨਣਾ ਚਾਹੁੰਨਾ ਕਹਿੰਦਾ ਵੀ ਉਹ ਕਹਿੰਦੇ ਸੰਤ ਕਹਿੰਦੇ ਵੀ ਵਾਅਦਾ ਕਰ ਵੀ ਜੋ ਕਹੇਗਾ ਸੱਚ ਕਹੇਗਾ ਕਹਿੰਦਾ ਠੀਕ ਹੈ ਸੰਤ ਜੀ ਤੁਸੀਂ ਜੋ ਪੁੱਛੋਗੇ ਨਾ ਉਹਦਾ ਜਵਾਬ ਸੱਚ ਹੀ ਦਵਾਂਗਾ ਸੰਤ ਜੀ ਪਹਿਲਾ ਸਵਾਲ ਕਰਦੇ ਕਿੰਦਾ ਰਾਜਨ ਸੱਚੂ ਸੱਚ ਦੱਸਿਓ ਕਿੰਨੇ ਵਜੇ ਉੱਠਦੇ ਹੋ ਓ ਕਿੰਦਾ ਵੀ ਹੁਣ ਜੇ ਇੰਨੇ ਜਾਣੇ ਨੇ ਜੇ ਮੈਂ ਝੂਠ ਬੋਲਾਂਗਾ ਤੇ ਇਹਨਾਂ ਨੂੰ ਵੀ ਅੱਧਿਆਂ ਨੂੰ ਤੇ ਪਤਾ ਹੈ ਮੈਂ ਕਿੰਨੇ ਵਜੇ ਉੱਠਦਾ ਤੇ ਨਾਲੇ ਸੰਤ ਜੀ ਨੂੰ ਝੂਠ ਕਿਉਂ ਬੋਲਣਾ ਸੱਚੀ ਦੱਸ ਦੇਣਾ ਕਿੰਦਾ ਸੰਤ ਜੀ ਪੂਰੇ 8 ਵਜੇ ਉੱਠਦਾ ਨਾ 1 ਮਿੰਟ ਘੱਟ ਦੇ ਨਾ 1 ਮਿੰਟ ਵੱਧ ਸੰਤ ਜੀ ਕਹਿੰਦੇ ਠੀਕ ਹੈ ਕਹਿੰਦੇ ਮੇਰਾ ਦੂਸਰਾ ਸਵਾਲ ਹੈ ਵੀ ਉੱਠਣਸਾਰ ਕੀ ਕਰਦਾ ਕਹਿੰਦਾ ਸੰਤ ਜੀ ਮੈਂ ਉੱਠਣਸਾਰ ਕੁਝ ਖਾਣਾ ਪੀਣਾ ਸੰਤ ਜੀ ਕਹਿੰਦੇ ਠੀਕ ਹੈ ਸੰਤ ਜੀ ਕਹਿੰਦੇ 8 ਵਜੇ ਉੱਠਣਾ ਤੇ ਉਠਣਸਾਰ ਖਾਣਾ ਇਹ ਦੋਵੇਂ ਚੀਜ਼ਾਂ ਤੇਰੀਆਂ ਗਲਤ ਨੇ ਕੱਲ ਤੋਂ ਸਿਰਫ ਤੂੰ ਇੰਨਾ ਕਰਨਾ ਹੈ ਤੂੰ 5 ਵਜੇ ਉੱਠਣਾ ਤੇ ਉਠਣਸਾਰ ਇਸ਼ਨਾਨ ਕਰਨਾ ਮੈਂ ਤੈਨੂੰ ਜ਼ਿਆਦਾ ਕੁਝ ਨਹੀਂ ਕਹਿੰਦਾ ਸਿਰਫ ਤੂੰ ਨਿਯਮ ਬਣਾ 5 ਵਜੇ ਉੱਠਣਾ ਤੇ ਉਠਣਸਾਰ ਇਸ਼ਨਾਨ ਕਰਨਾ ਕਹਿੰਦਾ ਠੀਕ ਹੈ ਸੰਤ ਜੀ ਨੇ ਸਿਰਫ ਇੰਨਾ ਹੀ ਕਿਹਾ ਤੇ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ ਉਹ ਘਰ ਚਲਾ ਜਾਂਦਾ ਅਗਲੀ ਸਵੇਰ ਹੁੰਦੀ ਤੇ ਉਦੋਂ ਪਹਿਲਾਂ ਜਿਹੜੇ ਨਾ ਦਰਿਆ ਜਿਹੜੇ ਹੁੰਦੇ ਸਨ ਉੱਥੇ ਇਸ਼ਨਾਨ ਕਰਿਆ ਕਰਦੇ ਸੀ ਕਿਹਾ ਜਾਂਦਾ ਸੀ ਜੋ ਜਲ ਪ੍ਰਵਾਹ ਹੁੰਦਾ ਰਹਿੰਦਾ ਅੱਗੇ ਵੱਧਦਾ ਰਹਿੰਦਾ ਹੁੰਦਾ ਉਹ ਪ੍ਰੇਰਨਾ ਦਾ ਸਰੋਤ ਵੀ ਹੈ ਵੀ ਅੱਗੇ ਵੱਧਦੇ ਰਹੋ ਤੇ ਉਹ ਜਲ ਸ਼ੀਤਲ ਵੀ ਹੁੰਦਾ ਹੈ ਤੇ ਉਹ ਜਲ ਪਵਿੱਤਰ ਵੀ ਹੁੰਦਾ ਹੈ ਪਿਓਰ ਵੀ ਹੁੰਦਾ ਇਸ ਕਰਕੇ ਉੱਥੇ ਇਸ਼ਨਾਨ ਕੀਤਾ ਜਾਂਦਾ ਸਵੇਰ ਹੋਈ ਰਾਜੇ ਨੇ ਆਪਣੇ ਚਾਰ ਸੈਨਿਕ ਨਾਲ ਲਈ ਤੇ ਉਧਰ ਨੂੰ ਤੁਰ ਪਿਆ ਦੇਖਦੇ ਆ ਵੀ ਹਜੇ ਉਥੇ ਪਹੁੰਚੇ ਤੇ ਸੰਤ ਜੀ ਇਸ਼ਨਾਨ ਕਰਕੇ ਉਥੇ ਚੌਂਕੜਾ ਲਾ ਕੇ ਤੇ ਆਪਣੇ ਵਾਇਕੁਰੂ ਦੀ ਬੰਦਗੀ ਵਿੱਚ ਲੀਨੇ ਸੰਤ ਜੀ ਕੀ ਦੇਖਦੇ ਨੇ ਵੀ ਉਹਨਾਂ ਸਾਹਮਣੇ ਇੱਕ ਬਗਲਾ ਹੁੰਦਾ ਤੇ ਉਹਨਾਂ ਨੇ ਇੱਕ ਲਾਟੇ ਆਪਣੀ ਪਾਣੀ ਚ ਰੱਖੀ ਹੁੰਦੀ ਏ ਇੱਕ ਉਹਨੇ ਆਪਣੀ ਬਾਹਰ ਰੱਖੀ ਹੁੰਦੀ ਭਾਵ ਖੜੀ ਹੋ ਕੇ ਕੀਤੀ ਹੁੰਦੀ ਏ ਤੇ ਕੋਲ ਇੱਕ ਪੱਥਰ ਪਿਆ ਹੁੰਦਾ ਤੇ ਉਹ ਪੱਥਰ ਦੇ ਵਿੱਚ ਪਹਿਲਾਂ ਤੇ ਉਹ ਪਾਣੀ ਚ ਆਪਣੀ ਚੁੰਝ ਦੇ ਡੁਬਕੀ ਲਾਉਂਦਾ ਫਿਰ ਉਹ ਪੱਥਰ ਤੇ ਰਗੜਦਾ ਫਿਰ ਉਹ ਪਾਣੀ ਚ ਡੁਬਕੀ ਲਾਉਂਦਾ ਫਿਰ ਪੱਥਰ ਤੇ ਰੜਕਦਾ ਉਹਨੇ ਰਗੜਦੇ ਸੰਤ ਜੀ ਨੇ ਦੇਖੀ ਜਾ ਰਹੇ ਨੇ ਸੰਤ ਜੀ ਨੂੰ ਹੱਸ ਕੇ ਕਹਿੰਦੇ ਬਗਲਿਆ ਵੇਖ ਵੀ ਜੇਕਰ ਤੈਨੂੰ ਕੋਈ ਆਮ ਮਨੁੱਖ ਵੇਖੇ ਨਾ ਤੇ ਉਹ ਤੇ ਇਹ ਵੀ ਕਹੇ ਵੀ ਤੂੰ ਪਿਛਲੇ ਜਨਮ ਚ ਕੋਈ ਸਾਧੂ ਸੰਤ ਸਹੀਂ ਤੇ ਤੈਨੂੰ ਕਿਸੇ ਗਲਤੀ ਕਰਕੇ ਇਹ ਜਾਮਾ ਮਿਲਿਆ ਇਸ ਕਰਕੇ ਤੂੰ ਪਾਣੀ ਚ ਖੜਾ ਹੋ ਕੇ ਹਜੇ ਵੀ ਇੱਕ ਲਾਟ ਤੇ ਖੜਾ ਹੋ ਕੇ ਪਗਦੀ ਕਰਦਾ ਪਿਆ ਪਰ ਮੈਂ ਤੇਰਾ ਚਰਿੱਤਰ ਚੰਗੀ ਤਰ੍ਹਾਂ ਜਾਣਦਾ ਤੂੰ ਨਾ ਪਾਣੀ ਦੇ ਵਿੱਚੋਂ ਬਾਰ-ਬਾਰ ਮੱਛੀਆਂ ਲੱਭਣਾ ਤੈਨੂੰ ਇਹ ਵੀ ਵੀ ਤੇਜ਼ੀ ਨਾਲ ਮੱਛੀ ਤੇਰੇ ਚੁੰਝ ਚਾ ਜਾਏ ਤੇ ਤੇਰੀ ਜਿਹੜੀ ਚੁੰਝ ਨੂੰ ਤਿੱਖਾ ਕਰਨ ਲਈ ਤੂੰ ਬਾਰ-ਬਾਰ ਪੱਥਰ ਤੇ ਰਗੜਦਾ ਪਿਆ ਐਵੇਂ ਕਹਿ ਕੇ ਸੰਤ ਜੀ ਹੱਸੇ ਕਿ ਸੰਤ ਜੀ ਨੇ ਨਾ ਉੱਚੀ ਜੀ ਕਿਹਾ ਕਹਿੰਦਾ ਸੰਤ ਜੀ ਕਹਿੰਦੇ ਕਸੇ ਕਸਾਵੇ ਕਸੇ ਕਸੇ ਕਿਸ ਕਿਸ ਲਾਵੇ ਪਾਣੀ ਜਿਸ ਕਾਰਨ ਤੂੰ ਕਸਨਦਿਆ ਉਹ ਕਾਰਨ ਮੈਂ ਜਾਣੀ ਜਦੋਂ ਇਹ ਸੰਤ ਜੀ ਨੇ ਗੱਲ ਕਹੀ ਤਾਂ ਇਹ ਗੱਲ ਨਾ ਉਹ ਰਾਜੇ ਦੇ ਕੰਨਾਂ ਦੇ ਵਿੱਚ ਪੈ ਗਈ ਰਾਜੇ ਨੇ ਵੀ ਸੁਣ ਲਈ ਵੀ ਕਸੇ ਕਸਾਵੇ ਕਸੇ ਕਸੇ ਕਿਸ ਕਿਸ ਲਾਵੇ ਪਾਣੀ ਜਿਸ ਕਾਰਨ ਤੂੰ ਕਸਨਦਿਆ ਉਹ ਕਾਰਨ ਮੈਂ ਜਾਣੀ ਹੁਣ ਕੀ ਸੀ ਵੀ ਜਦੋਂ ਰਾਜੇ ਦੇ ਕੰਨਾਂ ਵਿੱਚ ਇਹ ਗੱਲ ਪਈ ਤਾਂ ਰਾਜੇ ਨੂੰ ਲੱਗਾ ਵੀ ਇਹ ਕੁਝ ਸ਼ਬਦੀਆਂ ਕੁਝ ਇਸ਼ਨਾਨ ਕੀਤਾ ਤੇ ਬੋਲਣ ਲੱਗੇ ਉਹਨਾਂ ਵੀ ਇੱਕ ਅਦੀ ਵਾਰ ਪੰਕਤੀ ਬੋਲੀ ਹੁਣ ਆਪਣੇ ਨਾਲ ਕੀ ਹੁੰਦਾ ਵੀ ਜਿਹੜੀ ਚੀਜ਼ ਸਵੇਰੇ ਵੇਖੀਏ ਜਾਂ ਜਿਹੜੀ ਚੀਜ਼ ਇੱਕ ਦੋ ਵਾਰ ਮੁਖ ਤੇ ਆ ਜੇ ਤਾਂ ਸਾਰਾ ਦਿਨ ਆਪਣੇ ਮੁਖ ਤੇ ਹੁੰਦੀ ਰਹਿੰਦੀ ਰਾਜਾ ਇਸ਼ਨਾਨ ਕਰਕੇ ਦੇ ਘਰ ਚਲਾ ਗਿਆ ਤੇ ਉਵੇਂ ਹੀ ਪੰਕਤੀ ਧਰਉਂਦਾ ਗਿਆ ਇੱਧਰ ਜਿਹੜਾ ਰਾਜੇ ਦਾ ਨਾ ਜਿਹੜਾ گاڑی ਰੋਜ਼ ਉਹਨੂੰ ਘੱਟਦਾ ਹੁੰਦਾ ਸੀ ਪਾਵ ਹਜਾਮਤ ਕਰਦਾ ਹੁੰਦਾ ਸੀ ਤੇ ਉਹ ਨਾ ਉਧਰ ਨੂੰ ਜਾਣਦਿਆ ਸੀ ਜਦੋਂ ਉੱਧਰ ਨੂੰ ਜਾਣ ਗਿਆ ਤੇ ਉੱਥੇ ਨਾ ਜਿਹੜਾ ਮੰਤਰੀ ਸੀ ਉਹ ਮੰਤਰੀ ਨਾਲ ਉਹਨੂੰ ਮਿਲਦੇ ਹਜਾਮਤ ਵਾਲੇ ਨੂੰ ਕਹਿੰਦਾ ਵੀ ਤੂੰ ਰਾਜੇ ਦਾ ਕਿੱਧਰ ਨੂੰ ਜਾ ਰਿਹਾ ਹੈਂ ਕਹਿੰਦਾ ਜੀ ਰੋਜ਼ ਹਜਾਮਤ ਕਰਦਾ ਤੇ ਉਹੀ ਸਮੇਂ ਤੇ ਹਜਾਮਤ ਕਰਨ ਚੱਲਿਆ ਕਹਿੰਦੇ ਅੱਛਾ ਕਹਿੰਦੇ ਇੱਕ ਗੱਲ ਦੱਸ ਵੀ ਤੂੰ ਇਹ ਕਿੰਨੇ ਸਮੇਂ ਤੋਂ ਕਰਦਾ ਪਿਆ ਕੰਮ ਉਹ ਕਹਿੰਦਾ ਜੀ ਇਹ ਕੰਮ ਤੇ ਮੇਰੇ ਜਿਹੜੇ ਦਾਦੇ ਪਰਦਾਦੇ ਵੀ ਸਾਡੇ ਤੇ ਪੀੜ੍ਹੀ ਤਰ ਪੀੜ੍ਹੀ ਸਾਰੇ ਇਹ ਕੰਮ ਕਰਦੇ ਸ ਕਹਿੰਦਾ ਅੱਛਾ ਰਾਜੇ ਦਾ ਹੀ ਕੰਮ ਕਰਦੇ ਸ ਉਹ ਕਹਿੰਦਾ ਹਾਂਜੀ ਰਾਜੇ ਦਾ ਹੀ ਕੰਮ ਕਰਦੇ ਸੀ ਕਿੰਦਾ ਫਿਰ ਤੇ ਤੁਹਾਡੇ ਘਰ ਬੜੇ ਸੋਹਣੇ ਆਲੀਸ਼ਾਨ ਤੁਸੀਂ ਘਰ ਬਣਾਏ ਹੋਣੇ ਨੇ ਧੀ ਪੁੱਤ ਚੰਗੀ ਜਗ੍ਹਾ ਪੜਦੇ ਹੋਣਗੇ ਘਰ ਵਾਲੀ ਦੇ ਬੜੇ ਸਾਰੇ ਗਹਿਣੇ ਗੱਟੇ ਹੋਣਗੇ ਤੇ ਬੜਾ ਸ ਤੁਹਾਡੀ ਜ਼ਮੀਨ ਜਾਇਦਾਦ ਹੋਏਗੀ ਉਹ ਕਹਿੰਦਾ ਕਿਉਂ ਸਾਡੇ ਵਰਗੇ ਗਰੀਬਾਂ ਨਾਲ ਮਜ਼ਾਕ ਕਰਦੇ ਹੋ ਵੀ ਸਾਨੂੰ ਤਾਂ ਇੱਕ ਸਮੇਂ ਮਿਲ ਜੇ ਨਾ ਰੋਟੀ ਖਾਣ ਨੂੰ ਤੇ ਅਸੀਂ ਸ਼ੁਕਰਗੁਜ਼ਾਰ ਹੋਈਦਾ ਵੀ ਇੱਕ ਸਮਾਂ ਰੋਟੀ ਮਿਲ ਗਈ ਇਹ ਸਭ ਕੁਝ ਸਾਡੇ ਕੋਲ ਨਹੀਂ ਹੈਗਾ ਕਹਿੰਦਾ ਫਿਰ ਇਹ ਸਭ ਕੁਝ ਚਾਹਨਾ ਤੇਰਾ ਹੋ ਜਾਏ ਕਹਿੰਦਾ ਵੀ ਕੌਣ ਨਹੀਂ ਚਾਹੁੰਦਾ ਵੀ ਉਹਦੇ ਘਰੇ ਸਾਰਾ ਕੁਝ ਹੋਵੇ ਉਹ ਕਹਿੰਦੇ ਠੀਕ ਇੱਕ ਛੋਟਾ ਜਿਹਾ ਕੰਮ ਕਰ ਤੇ ਤੇਰੇ ਘਰ ਵੀ ਸਾਰਾ ਕੁਝ ਹੋ ਜਾਏਗਾ। ਉਹ ਕਹਿੰਦੇ ਜੀ ਜ਼ਰੂਰ ਕਰਾਂਗਾ। ਉਹਨੇ ਕਿਹਾ ਵੀ ਜਿਹੜੇ ਉਸਤਰੇ ਨਾਲ ਤੂੰ ਅੱਜ ਹਜਾਮਤ ਕਰਨੀ ਐ ਉਸੇ ਉਸਤਰੇ ਦੇ ਨਾਲ ਤੂੰ ਰਾਜੇ ਦਾ ਸਿਰ ਅਲੱਗ ਕਰ ਦੇ। ਪਹਿਲਾਂ ਤੇ ਉਹ ਹੈਰਾਨ ਹੋ ਜਾਂਦਾ ਵੀ ਆਖਣ ਕੀ ਦੇ। ਫਿਰ ਉਹ ਕਹਿੰਦਾ ਵੀ ਉਹ ਜਦੋਂ ਜਾਏਗਾ ਰੁਕਸਤ ਹੋਏਗਾ ਇਸ ਦੁਨੀਆ ਤੋਂ ਤੇ ਮੈਂ ਰਾਜਾ ਬਣ ਜਾਵਾਂਗਾ। ਜੇ ਉਹਦੇ ਤੂੰ ਉਹਨੂੰ ਦਰੁਕਸਤ ਕਰ ਦੇਂਗਾ ਤੇ ਫਿਰ ਦੇਖੀ ਮੈਂ ਤੇਰੇ ਘਰ ਸਾਰਾ ਕੁਝ ਜੋ-ਜੋ ਮੈਂ ਤੈਨੂੰ ਕਹਿਆ ਨੇ ਸਾਰਾ ਕੁਝ ਹੋਏਗਾ। ਪਹਿਲਾਂ ਬੜੀ ਨਾਨੁਕਰ ਕਰਦਾ ਕਰਦਾ ਗਿਆ। ਪਰ ਕਿਹਾ ਜਾਂਦਾ ਨਾ ਪਾਪ ਦਾ ਪਿਓ ਜਿਹੜਾ ਹੁੰਦਾ ਉਹ ਲਾਲਚ ਹੁੰਦਾ ਹੁਣ ਉਹਨੇ ਮੰਨ ਲਈ ਗੱਲ ਹੁਣ ਉਹ ਮੰਨ ਕੇ ਗੱਲ ਤੇ ਉਧਰ ਨੂੰ ਘਰ ਨੂੰ ਚਲਾ ਜਾਂਦਾ ਹੈ ਰਾਜੇ ਦੇ ਕੋਲ ਚਲਾ ਜਾਂਦਾ ਹੈ ਅੱਗੇ ਪਿੱਛੇ ਜਦੋਂ ਜਾਂਦਾ ਹੁੰਦਾ ਨਾ ਤਾਂ ਉਸ ਸਮੇਂ ਜਿਹੜਾ ਰਾਜਾ ਹੁੰਦਾ ਉਹ ਸੋ ਕੇ ਹਜੇ ਉੱਠਿਆ ਹੀ ਹੁੰਦਾ ਪਰ ਅੱਜ ਜੋ ਜੋ ਜਾਂਦਾ ਹੈ ਤੇ ਦੇਖਦਾ ਹੈ ਵੀ ਜਿਹੜਾ ਰਾਜਾ ਹੈ ਨਾ ਉਹ ਤਾਂ ਉੱਠਿਆ ਖੜਾ ਤੇ ਰਾਜਾ ਨਾ ਉਹ ਕਹਿੰਦਾ ਵੀ ਜਿਹੜਾ ਮੇਰਾ ਉਸਤਰਾ ਹੈ ਨਾ ਇਤਨਾ ਰਾਜ ਦਾ ਐਵੇਂ ਗੱਲ ਨਹੀਂ ਹੋਣਾ ਤੇ ਮੈਂ ਵੀ ਕਰਦਾ ਇਹਨੂੰ ਚੰਗੀ ਤਰ੍ਹਾਂ ਕੱਸ ਲੈਣਾ ਵਾ ਤੇ ਫਿਰ ਇੱਕੋ ਵਾਰ ਚ ਜਿਹੜਾ ਉਹ ਅੱਡ ਹੋ ਜਾਏਗਾ ਗਲ। ਇੰਨੇ ਨੂੰ ਰਾਜਾ ਨੇ ਆਪਣੇ ਮੁਖ ਤੋਂ ਉਚਾਰਨ ਕਰਦਾ ਹੈ ਕਹਿੰਦਾ ਕਸੇ ਕਸਾਵੇਂ ਕਸੇ ਕਸੇ। ਕਸਕਸ ਲਾਵੇਂ ਪਾਣੀ। ਜਿਸ ਕਾਰਨ ਤੂੰ ਕਸਨਦਿਆ ਉਹ ਕਾਰਨ ਮੈਂ ਜਾਣੀ। ਜਦੋਂ ਇੱਕ ਵਾਰ ਕਹੀ ਤੇ ਉਹਦੇ ਹੱਥ ਚੋਂ ਜਿਵੇਂ ਉਸ ਤਰ੍ਹਾਂ ਥੱਲੇ ਡਿੱਗ ਜਾਂਦਾ। ਫਿਰ ਕਹਿੰਦਾ ਵੀ ਸ਼ਾਇਦ ਉੰਜੀ ਨੇ ਬੋਲਿਆ ਉਹ ਦੁਬਾਰਾ ਕਸਨ ਲੱਗਦਾ। ਰਾਜਾ ਫਿਰ ਕਹਿੰਦਾ ਕਸੇ ਕਸਾਵੇਂ ਕਸੇ ਕਸੇ। ਕਸਕਸ ਲਾਵੇਂ ਪਾਣੀ। ਜਿਸ ਕਾਰਨ ਤੂੰ ਕਸਨਦਿਆ ਉਹ ਕਾਰਨ ਮੈਂ ਜਾਣੀ। ਹੁਣ ਉਹਨੂੰ ਉਹਨੂੰ ਪਤਾ ਲੱਗ ਜਾਂਦਾ ਕਿੰਨਾ ਰਾਜੇ ਨੂੰ ਤੇ ਪਤਾ ਲੱਗ ਗਿਆ ਕੱਲ ਉਸ ਜਿਹੜੇ ਸੰਤ ਜੀ ਆਏ ਸਨ ਉਹ ਬੜੇ ਕਰਨੀ ਵਾਲੇ ਨੇ ਉਹਨਾਂ ਦੀ ਸੰਗਤ ਕਰਨ ਵੀ ਇਹ ਗਏ ਸਨ ਮੈਨੂੰ ਲੱਗਦਾ ਹੈ ਵੀ ਇਹ ਤ੍ਰਕਾਲਦਰਸ਼ੀ ਹੋ ਗਏ ਨੇ ਤੇ ਇਹ ਅੱਗੇ ਭਵਿੱਖ ਦੀਆਂ ਚੀਜ਼ਾਂ ਸਾਰੀਆਂ ਜਾਣ ਲੈਂਦੇ ਨੇ ਤੇ ਕਿਤੇ ਮੈਨੂੰ ਨਾ ਸਜ਼ਾ ਨਾ ਦੇ ਦੇਣ ਤੇ ਮੈਂ ਆਪਣਾ ਗੁਨਾ ਪਹਿਲਾਂ ਹੀ ਮੰਨ ਲੈਣਾ ਉਹ ਇੱਕ ਸਾਈਡ ਆਪਣਾ ਉਸਤਰਾ ਛੱਡਦਾ ਇੱਕ ਸਾਈਡ ਉਹ ਪੱਥਰ ਛੱਡਦਾ ਜਾ ਕੇ ਰਾਜੇ ਦੇ ਚਲਨੀ ਪੈ ਜਾਂਦਾ ਹੁਣ ਰਾਜੇ ਨੂੰ ਤਾਂ ਪਤਾ ਨਹੀਂ ਹੁੰਦਾ ਕੀ ਹੋ ਰਿਹਾ ਉਹ ਆਪ ਹੀ ਬੋਲਣ ਲੱਗ ਜਾਂਦਾ ਕਿੰਦਾ ਰਾਜਨ ਮਾਫ ਕਰਿਓ ਇਹ ਤਾਂ ਤੁਹਾਡੇ ਮੰਤਰੀ ਨੇ ਲਾਲਚ ਦਿੱਤਾ ਸੀ ਵੀ ਤੁਹਾਡਾ ਗੱਲ ਮੈਂ ਅਲੱਗ ਕਰਦਾ ਉਸ ਤਰੇ ਦੇ ਨਾਲ ਤੇ ਉਹ ਰਾਜਾ ਬਣ ਜਾਏਗਾ ਤੇ ਮੇਰਾ ਘਰ ਤਾਂ ਅਦੋਲਤ ਨਾਲ ਭਰ ਦੇਗਾ ਜੀ ਮੈਨੂੰ ਤੇ ਇਹਦੇ ਚਿਤ ਖਿਆਲ ਚ ਵੀ ਸਾਡੀਆਂ ਪੁਸ਼ਤਾ ਤੁਹਾਡੇ ਕੋਲ ਕੰਮ ਕਰਦੀਆਂ ਪਈ ਨੇ ਅਸੀਂ ਤੁਹਾਡੇ ਨਾਲ ਗਦਾਰੀ ਕਿਉਂ ਕਰਨੀ ਸੀ ਇਹ ਤਾਂ ਮੰਤਰੀ ਦੇ ਕਹਿਣ ਚ ਮੈਂ ਇਸ ਵਾਰ ਕੁਛ ਕੀਤਾ ਤੁਸੀਂ ਮੈਨੂੰ ਮਾਫ ਕਰ ਦੋ ਹੁਣ ਰਾਜਾ ਵੀ ਸਮਝ ਗਿਆ ਸੀ ਕਿ ਸੰਤਾਂ ਦੇ ਬਚਨ ਮੰਨਣ ਨਾਲ ਜ਼ਿੰਦਗੀ ਸਵੱਲੀ ਹੋ ਜਾਂਦੀ ਉਹਨਾਂ ਦੇ ਕੈ ਸਿਰ ਦੋ ਬਚਨ ਹੀ ਮੰਨੇ ਸਨ ਵੀ ਅਮਰਤਵਿਲੇ ਉੱਠ ਤੇ ਇਸ਼ਨਾਨ ਕਰ ਹਾਜੀ ਹੋਰ ਉਹਨਾਂ ਤੋਂ ਸਿੱਖਦਾ ਤੇ ਜ਼ਿੰਦਗੀ 'ਚ ਬੜਾ ਕੁਝ ਹਾਸਲ ਕਰ ਲੈਣਾ ਸੀ ਇਸ ਲਈ ਕਿਹਾ ਜਾਂਦਾ ਹੈ ਵੀ ਸੰਤਾਂ ਦੇ ਬਚਨ ਕਮਾਓ ਜ਼ਿੰਦਗੀ ਆਬਾਦ ਹੋ ਜਾਵੇਗੀ